संत जरनैल सिंह वर्गे संत सिपाही शहादत का पिरम प्याला पी गए उस तो मगरों कौम की अगवाई कर ली समय की जालम सल्तनत के नाल टक्कर लैन लई जुल्म का नाश करन लई ये सूरमे नितरे जिन्हां विच भाई गुरजंट सिंह बुद्ध सिंह वाला ਬਿਆੰਤ ਸਿੰਘ ਵਰਗੇ ਜ਼ਾਲਮ ਹਥਿਆਰੇ ਨੂੰ ਜਦੋਂ ਸੋਧਿਆ ਤੇ ਉਸ ਦੀ ਵੀ ਇੰਨੀ ਗੱਲ ਨਾ ਕੀਤੀ ਹੋਵੇ ਸ਼ਾਇਦ ਇੰਦਰਾ ਗਾਂਧੀ ਦੀ ਵੀ ਇੰਨੀ ਗੱਲ ਨਾ ਕੀਤੀ ਹੋਵੇ ਜਿੰਨੀ ਭਾਈ ਗੁਰਜੰਤ ਸਿੰਘ ਇਸੇ ਤਰ੍ਹਾਂ ਹੀ ਭਾਈ ਸੁਖਦੇਵ ਸਿੰਘ ਬੱਬਰ ਇਸੇ ਤਰ੍ਹਾਂ ਹੀ ਭਾਈ ਗੁਰਬਚਨ ਸਿੰਘ ਮਾਣੋਚਾਲ ਇਹ ਮੈਂ ਖੁਦ ਆਪਣੇ ਕੰਨਾਂ ਦੇ ਨਾਲ ਬੀਬੀਸੀ ਲੰਡਨ ਦੀਆਂ ਖਬਰਾਂ ਸੁਣੀਆਂ ਉਹਨਾਂ ਨਾਲ ਵੀ ਟੱਕਰ ਲਈ ਜਿਹੜਾ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਸੀ ਉਹ ਇਹ ਵੀ ਨਹੀਂ ਸਮਝ ਸਕਿਆ ਜਿਹੜਾ ਸਮਰੱਥ ਗੁਰੂ ਅਖਵਾਉਂਦਾ ਸੀ ਕਿ ਮੇਰੀ ਮੌਤ ਕਿਤੇ ਹੱਥੋਂ ਆਉਣੀ ਹੈ ਉਹ ਤੇ ਮੇਰੇ ਲਾਗੇ ਹੀ ਖੜੇ ਨੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰਦੁਆਰੇ ਵਿੱਚੋਂ ਚੋਰੀ ਕਰਕੇ ਇਸ਼ਤਿਹਾਰ ਲਾ ਕੇ ਅੰਗ ਅੰਗ ਖਿਲਾਰੇ ਗਏ ਸੋ ਖਾਲਸਾ ਜੀ ਇਹ ਦੇਹਧਾਰੀ ਗੁਰੂ ਦਾ ਹਮਲਾ ਹੈ ਜਿਹਦੇ ਵਿੱਚ ਸਰਕਾਰ ਦੀ ਸਰਪ੍ਰਸਤੀ ਹੈ ਗਦਾਰਾਂ ਦੀ ਚਾਹੇ ਪੰਥ ਦੋਖੀਆਂ ਦੀ ਜਿਹੜੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ੀ ਨੇ ਉਹਨਾਂ ਨੇ ਇੱਕ ਨਵੀਂ ਸਾਜ਼ਿਸ਼ ਦੁਬਾਰਾ ਆਪਣੇ ਆਪ ਨੂੰ ਪੰਥਕ ਰੁਤਬਾ ਦਵਾਉਣ ਵਾਸਤੇ ਉਹ ਫਿਰ ਅਕਾਲ ਤਖਤ ਸਾਹਿਬ ਦੀ ਵਰਤੋਂ ਕਰ ਰਹੇ ਹਨ ਤੇ ਜਿਹੜੀ ਸਾਜ਼ਿਸ਼ ਨਾਕਾਮ ਹੋ ਚੁੱਕੀ ਹੈ ਉਹ ਸਾਜ਼ਿਸ਼ ਫਿਰ ਉਹਨਾਂ ਨੌਜਵਾਨਾਂ ਦੇ ਸਿਰ ਮਨ ਦਾ ਯਤਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਪਹਿਲਾਂ ਫੜ ਕੇ ਟਾਰਚਰ ਕਰਨ ਤੋਂ ਬਾਅਦ ਮਜਬੂਰ ਹੋ ਕੇ ਗਲਤੀ ਮਹਿਸੂਸ ਕਰਕੇ ਛੱਡਣਾ ਪਿਆ ਆਜ਼ਾਦ ਹੋਣਾ ਹੈ ਤੇ ਆਜ਼ਾਦੀ ਤੱਕ ਸੰਘਰਸ਼ ਰੱਖਣਾ ਹੈ ਜੇ ਹਰ ਮਾਂ ਦਾ ਸੁਪਨਾ ਬਣ ਜਾਵੇ ਮੇਰਾ ਪੁੱਤ ਜੁਝਾਰੂ ਹੋਵੇ ਹਰ ਭੈਣ ਦਾ ਭੈਣ ਦੀ ਰੀਝ ਬਣ ਜਾਵੇ ਕਿ ਮੇਰਾ ਭਰਾ ਜੁਝਾਰੂ ਹੋਵੇ ਹਰ ਬੱਚੇ ਦਾ ਇਹ ਖਾਸ ਬਣ ਜਾਵੇ ਕਿ ਮੇਰਾ ਬਾਪ ਜੁਝਾਰੂ ਹੋਵੇ ਕਦੇ ਵੀ ਪਿੱਠ ਨਹੀਂ ਲੱਗ ਸਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਖਾਲਸਾ ਪੰਥ ਦੇ ਸਿਰਲੱਥ ਯੋਧੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਅਤੇ ਪੰਥ ਦੇ ਉੱਘੇ ਸ਼ਹੀਦ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਮਾਗਮ ਉੱਤੇ ਸ਼ਹੀਦਾਂ ਦੇ ਨਿਸ਼ਾਨੇ ਦੀ ਵਿਚਾਰ ਕੀਤੀ ਜਾਂਦੀ ਜਦੋਂ ਵੀ ਕੋਈ ਸਮੇਂ ਦੀ ਸਲਤਨਤ ਖਾਲਸਾ ਪੰਥ ਨੂੰ ਵੰਗਾਰਦੀ ਹੈ ਤਾਂ ਖਾਲਸਾ ਪੰਥ ਦੇ ਜਾਂਬਾਜ਼ ਯੋਧੇ ਪੇੜ ਵਿੱਚ ਨਿੱਤਰਦੇ ਹਨ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਗੁਰੂ ਪਾਤਸ਼ਾਹ ਦੇ ਦਰਸਾਏ ਮਾਰਗ ਅਤੇ ਪੁਰਾਤਨ ਯੋਧਿਆਂ ਤੇ ਸ਼ਹੀਦਿਆਂ ਦੇ ਗੱਡੇ ਮੀਲ ਪੱਥਰਾਂ ਦੇ ਕਦਮਾਂ ਦੇ ਉੱਪਰ ਚੱਲਦਿਆਂ ਹੋਇਆਂ ਸਭ ਤੋਂ ਪਹਿਲਾਂ ਉਹ ਕੀ ਕਰਦੇ ਹਨ ਕਿ ਮੰਥਨ ਕਰਦੇ ਹਨ ਚੁਣੌਤੀਆਂ ਕੀ ਹਨ ਮਸਲੇ ਕੀ ਹਨ ਉਹਨਾਂ ਦਾ ਹੱਲ ਕਿਵੇਂ ਨਿਕਲਣਾ ਹੈ ਨੀਤੀ ਕੀ ਘੜੀ ਜਾਵੇ ਪੈਂਤੜਾ ਕੀ ਅਲੀਕਿਆ ਜਾਵੇ ਜੂਨ 84 ਦੇ ਘੋਰ ਭਿਆਨਕ ਘੱਲੂਘਾਰੇ ਤੋਂ ਬਾਅਦ ਜਦ ਕੌਮ ਦੀ ਲੀਡਰਸ਼ਿਪ ਸੰਤ ਜਰਨੈਲ ਸਿੰਘ ਵਰਗੇ ਸੰਤ ਸਿਪਾਹੀ ਸ਼ਹਾਦਤ ਦਾ ਪਿਰਮ ਪਿਆਲਾ ਪੀ ਗਏ ਤਾਂ ਉਸ ਤੋਂ ਮਗਰੋਂ ਕੌਮ ਦੀ ਅਗਵਾਈ ਕਰਨ ਲਈ ਸਮੇਂ ਦੀ ਜ਼ਾਲਮ ਸਲਤਨਤ ਦੇ ਨਾਲ ਟੱਕਰ ਲੈਣ ਲਈ
जुल्म दा नाश करन लई कौम दी अणख ते गैरत दी भवक वखाउण लई ए सूरमे नितरे जिन्हां विच भाई गुरजंट सिंह बुद्ध सिंह वाला उन्हां ने खालसा लिबरेशन फोर्स की अगवाई संभाली जो उन्होंने पंथक जज्बे दे नाल कम किया वो इतिहास का एक सुनहरी अध्याय है विस्तार नाल इत्थे दस्या नहीं जा सकता सिर्फ एक संकेत तो पता लगता है कि वह किड्डी वड्डी उच्च शख्सियत सन जद वह शहीद होए ता बीबीसी लंदन दे उत्ते ढाई तो भी उपर मिनट उस शख्सियत बारे अपनिया बीबीसी लंदन दिया खबरां दे विच इना समा दिता गया शायद इना समा जनरल वैद्या की मौत दे उत्ते उन्नू भी ना दिता गया होवे ਬਿਆੰਤ ਸਿੰਘ ਵਰਗੇ ਜ਼ਾਲਮ ਹਥਿਆਰੇ ਨੂੰ ਜਦੋਂ ਸੋਧਿਆ ਤੇ ਉਸ ਦੀ ਵੀ ਇੰਨੀ ਗੱਲ ਨਾ ਕੀਤੀ ਹੋਵੇ ਸ਼ਾਇਦ ਇੰਦਰਾ ਗਾਂਧੀ ਦੀ ਵੀ ਇੰਨੀ ਗੱਲ ਨਾ ਕੀਤੀ ਹੋਵੇ ਜਿੰਨੀ ਭਾਈ ਗੁਰਜੰਟ ਸਿੰਘ ਇਸੇ ਤਰ੍ਹਾਂ ਹੀ ਭਾਈ ਸੁਖਦੇਵ ਸਿੰਘ ਬੱਬਰ ਇਸੇ ਤਰ੍ਹਾਂ ਹੀ ਭਾਈ ਗੁਰਬਚਨ ਸਿੰਘ ਮਾਣੋਚਾਲ ਇਹ ਮੈਂ ਖੁਦ ਆਪਣੇ ਕੰਨਾਂ ਦੇ ਨਾਲ ਬੀਬੀਸੀ ਲੰਡਨ ਦੀਆਂ ਖਬਰਾਂ ਸੁਣੀਆਂ ਖਾਲਸਾ ਜੀ ਚੁਣੌਤੀ ਮੁੱਕੀ ਨਹੀਂ संघर्ष जारी है जेड़े लोग यह सोचते हैं कि संघर्ष फेल हो गया है संघर्ष दबाया गया है संघर्ष खत्म हो गया है यह उन्होंने झूठे सुपने हैं कौम की लड़ाई यह आजादी की लड़ाई सी यह उन्ना चिर चलनी है जिन्ना चिर खालसा पंथ पूर्ण प्रभुता संपन्न खालसा राज खालसतां दी स्थापना नहीं कर लैंदा लोड़ इस गल दी है कि हर मां हर भैण हर नौजवान दे मापे इस गल का एहसास कर के असी गुलाम हाँ आजाद होना है ते आजादी तक संघर्ष रखना है जे हर मां का सुपना बन जावे मेरा पुत जजारू होवे हर भैण का भैण की रीझ बन जावे कि मेरा भरा जजारू होवे हर बच्चे का एक खास बन जावे कि मेरा बाप जजारू होवे तां कौम दी कदे भी पिट नहीं लग सकती ते एक कोई दावा नहीं कर सकता कि कौम दबाई गई है जो तू यह संघर्ष जारी है जारी रहेगा उन्ना चिर रहेगा जिन्ना चिर शहीदां दा मिथिया होया निशाना राजनीतिक निशाना पूरा नहीं हो जाता चुनौती दिती सी सरकार दी सरप्रस्ती हेठ देहधारी गुरु दंब ने 1978 दे खालसा पंथ दे शहीदी दिहाड़े ते खालसा पंथ ने उन्हां नाल भी टक्कर लई जिहड़ा अपने आप नूं गुरु अखवाउंदा सी ਉਹ ਇਹ ਵੀ ਨਹੀਂ ਸਮਝ ਸਕਿਆ ਜਿਹੜਾ ਸਮਰੱਥ ਗੁਰੂ ਅਖਵਾਉਂਦਾ ਸੀ ਕਿ ਮੇਰੀ ਮੌਤ ਕਿਤੇ ਹੱਥੋਂ ਆਉਣੀ ਹੈ ਉਹ ਤੇ ਮੇਰੇ ਲਾਗੇ ਹੀ ਖੜੇ ਨੇ ਸੋ ਖਾਲਸਾ ਜੀ इंदिरा गांधी बेअंत सिंह जालम तो जालम हथियारे जनरल वैद्या जिन्हें कदी दमगजा मारिया सी कि अतवादी उन्हें सिखा नूं अतवादी ते जजारुआ नूं अतवाद किया सी कि अतवादी रीढ़ की हड्डी तोड़ दिती गई आ यह खालसा पंथ जी दी जागदी कौम आ इहदी रीढ़ की हड्डी तां की किसी ने तोड़नी इहदा कोई वाल भी विंगा नहीं कर सकता सो खालसा जी अज जो अत नीवे दर्जे दी नीति सरकार ने एजेंसियां ने शुरू कीती आ जिस दा जिक्र भाई मनधीर सिंह ने कीता जी एक पासे कौम दा सिरलथ योधा अणखीला जुझारू
भाई गुरजन सिंह ते कोई ये कहे के मेरी गोलक दे विच 100 जां वध तों वध 160 रुपये हुंदे ही ते ओह मेरे को आण के कहिंदा 100 रुपया मैनूं दे दे ओह लांता एहो जी मरी जमीर नूं एहो जी रोगी मानसिकता नूं जेड़ी सरकार दे इशारे उत्ते एजेंसियां दे इशारे उत्ते जेड़ी जींदी जागदी खालसा पंथ दी जमीर वाली जुझारू लीडरशिप आ उहदी किरदार कुशी करन दा जतन कीता जा रहा है ते उह जतन दे विच शामिल हन ते टीवी चैनल इहो जे मुद्दे उछाल के अपने दर्शकों की गिनती वधाउंदे हन ते अपना अपनी माया कट्ठा करन दा साधन बनाउंदे हन उहनां नूं वी असी सचेत करना चाहुंदे हां कि इहो जी गिरी हरकत ना करन। दूजे पासे होर की हो रहा, खालड़ा जी ने एक अंदाजा लाया सी कि कौम दे 25,000 नौजवानों नूं शहीद करके अणपछातियां ते लावारस लाशां करार दे के सिवियां दे विच फूक दिता गया है। ओदी रिसर्च शुरू होई, उन्हां दा एक अंदाजा सी ते इस अंदाजे तों वध भी हो सकदे आ घट भी हो सकदे आ, लेकिन वकीलां दी एक टीम ने लम्मा समां ला के डाकूमेंट्स इकट्ठे कीते, 13,000 दी लिस्ट तैयार कर ली, उहदे विच्चों जिन्हां दे पूरे डाकूमेंट सन उन्हां दा केस पहलां सुप्रीम कोर्ट विच लाया। सुप्रीम कोर्ट ने अग्गे आख्या हाई कोर्ट च पहलां जाओ, हाई कोर्ट दे विच्चों पेंडिंग है, उहदे विच 8,000 जां 323 कि शायद 523 इन्ना कु मैनूं भुलेखा है उह केस चल रहा है। उस केस दे जिहड़ी गवाही है ਉਹਨੂੰ ਖਤਮ ਕਰਨ ਵਾਸਤੇ ਇੱਕ ਬੜੀ ਤਕੜੀ ਸਾਜ਼ ਚੱਲ ਰਹੀ ਹੈ, ਉਹਨਾਂ ਪਰਿਵਾਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਜਿਹੜੇ ਆਈ ਵਿਟਨੈਸ ਹਨ ਉਹਨਾਂ ਯੋਧਿਆਂ ਦੀ ਸ਼ਹਾਦਤ ਤੇ। ਉਹਨਾਂ ਪਰਿਵਾਰਾਂ ਵੱਲੋਂ ਉਹਨਾਂ ਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਹ ਉਹਨਾਂ ਨੂੰ ਫੜਾ ਕੇ ਮਰਵਾਉਣ ਵਾਲੇ ਮੁਖਬਰ ਹਨ ਤੇ ਹੋਰ ਬੜੀਆਂ ਭਾਵਕ ਕਹਾਣੀਆਂ ਘੜੀਆਂ ਜਾ ਰਹੀਆਂ ਨੇ। ਮੈਂ ਨਾਂ ਲੈ ਕੇ ਨਹੀਂ ਗੱਲ ਕਰਦਾ, ਇੱਕ ਮਾਤਾ ਹੈ ਵਾਕਿਆ ਉਹਦੇ ਪਰਿਵਾਰ ਦੇ ਉਹਦੇ ਦੋ ਪੁੱਤ ਸ਼ਹੀਦ ਹੋਏ ਪੁਲਿਸ ਦੇ ਹੱਥੋਂ ਹੋਏ, ਉਹਦਾ ਘਰ ਵਾਲਾ ਵੀ ਉਹਨਾਂ ਦੀਆਂ ਲਾਸ਼ਾਂ ਵੇਖ ਕੇ ਬਰਦਾਸ਼ਤ ਨਾ ਕਰ ਸਕਿਆ ਤੇ ਹਾਰਟ ਅਟੈਕ ਦੇ ਨਾਲ ਘਰ ਵਿੱਚ ਹੀ ਪਿੰਡ ਵਿੱਚ ਹੀ ਚੜ੍ਹਾਈ ਕਰ ਗਿਆ। ਲੇਕਿਨ ਉਸ ਮਾਤਾ ਨੇ ਇੱਕ ਟੀਵੀ ਉੱਤੇ ਟੀਵੀ ਚੈਨਲ ਉੱਤੇ ਜਿਹੜਾ ਯੂਟਿਊਬ ਦਾ ਚੈਨਲ ਹੈ ਉਹਦੇ ਉੱਤੇ ਇੰਟਰਵਿਊ ਦੇ ਕੇ ਉਸ ਕੇਸ ਦੀ ਫੂਕ ਕੱਢਣ ਵਾਸਤੇ, ਮੈਨੂੰ ਨਹੀਂ ਪਤਾ ਉਹਦੇ ਮਗਰ ਕੀ ਸਾਜ਼ਿਸ਼ ਹੈ ਜਾਂ ਉਹਦਾ ਹੋਰ ਕੀ ਮੰਤਵ ਹੈ, ਲੇਕਿਨ ਉਹਨੇ ਇੰਟਰਵਿਊ ਦਿੱਤੀ। ਔਰ ਉਸ ਸਮੇਂ ਉਹਦੀ 32 ਤੋਂ 35 ਸਾਲ ਦੀ ਉਮਰ ਸੀ, 84 ਦੇ ਵਿੱਚ ਉਹਨੇ ਇੰਟਰਵਿਊ ਦੇ ਵਿੱਚ ਕੀ ਕਿਹਾ ਕਿ ਇੱਕ ਮੇਰਾ ਪੁੱਤ ਦਰਬਾਰ ਸਾਹਿਬ ਜਦੋਂ ਹਮਲਾ ਹੋਇਆ ਇਸ ਮੋਰਚੇ ਤੇ ਸੀ, ਦੂਜਾ ਪੁੱਤ ਇਸ ਮੋਰਚੇ ਤੇ ਸੀ, ਮੇਰਾ ਘਰ ਵਾਲਾ ਇਸ ਮੋਰਚੇ ਤੇ ਸੀ ਤੇ ਮੇਰੀ ਬੇਟੀ ਬੀਬੀ ਅਪਕਾਰ ਕੌਰ ਦੇ ਨਾਲ ਇਸ ਮੋਰਚੇ ਦੇ ਉੱਤੇ ਲੜਾਈ ਕਰਦਿਆਂ ਸ਼ਹੀਦ ਹੋਏ। ਲੇਕਿਨ ਸਾਡੇ ਕੋਲ ਤੱਥ ਹਨ, FIR ਦੀਆਂ ਰਿਪੋਰਟਾਂ ਹਨ ਕਿ ਉਹਨਾਂ ਦੀ ਉਮਰ 84 ਦੇ ਵਿੱਚ 10 ਸਾਲ, ਕਿਸੇ ਦੀ 8 ਸਾਲ, ਕਿਸੇ ਦੀ 12 ਸਾਲ ਸੀ। ਇਹ ਦਾਅਵਾ ਕਰਕੇ ਉਸ ਕੇਸ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸੁਚੇਤ ਹੋਵੋ ਤੇ ਇਹੋ ਜਿਹੇ ਲੋਕਾਂ ਨੂੰ ਨਾ ਇਤਿਹਾਸ ਵਿਗਾੜਨ ਦਾ ਮੌਕਾ ਮਿਲੇ, ਨਾ ਉਹ ਕੇਸ ਨੂੰ ਵਿਗਾੜਨ ਦਾ ਮੌਕਾ ਮਿਲੇ। ਏਜੰਸੀਆਂ ਦੀ, ਸਰਕਾਰ ਦੀ ਇੱਕ ਸਾਜ਼ਿਸ਼ ਚੱਲ ਰਹੀ ਹੈ, ਇਹ ਹਮਲੇ ਦਾ, ਸਾਡੇ ਉੱਤੇ ਹਮਲੇ ਦਾ ਇੱਕ ਅੱਤ ਨੀਵੇਂ ਦਰਜੇ ਦਾ ਉਹਨਾਂ ਦਾ ਕਦਮ ਹੈ, ਉਹਨਾਂ ਦੀ ਪਾਲਸੀ ਹੈ, ਉਹਨਾਂ ਦੀ ਨੀਤੀ ਹੈ ਕਿ ਜਿਹੜੀ ਵਜੀ ਖਾਲਿਸਤਾਨ ਦੀ ਅਣਖੀਲੀ ਲੀਡਰਸ਼ਿਪ ਹੈ, ਜਿਨ੍ਹਾਂ ਨੇ ਨਾ ਅਣਖ ਛੱਡੀ, ਨਾ ਜ਼ਮੀਰ ਮਰੀ ਉਹਨਾਂ ਦੀ, ਨਾ ਉਹਨਾਂ ਈਨ ਮੰਨੀ, ਉਹਨਾਂ ਤਸੀਏ ਝੱਲੇ ਜੇਲ੍ਹਾਂ ਵਿੱਚ ਉਮਰਾਂ ਗਾਲੀਆਂ, ਪਰ ਉਹ ਹਾਰ ਨਹੀਂ ਮੰਨੀ
ਉਹਨਾਂ ਦੀ ਕਰਦਾਰ ਕੁਸ਼ੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਜਿਸ ਤਰ੍ਹਾਂ ਭਾਈ ਮਨਜੀਤ ਸਿੰਘ ਭਾਈ ਮਨਧੀਰ ਸਿੰਘ ਜੀ ਨੇ ਦੱਸਿਆ ਹੈ ਕਿ ਜਿਹੜਾ ਦੋਸ਼ ਲਾਉਂਦਾ ਹੈ ਉਹੋ ਹੀ ਚੈਨਲ ਉਹਦਾ ਜਵਾਬ ਕਿਸੇ ਉਹੋ ਜਿਹੇ ਬੰਦੇ ਕੋਲੋਂ ਜਾ ਕੇ ਦਵਾਉਂਦਾ ਹੈ ਜਿਹਨੂੰ ਕੋਈ ਵੀ ਗਿਆਨ ਨਹੀਂ ਕੋਈ ਵੀ ਨੌਲੇਜ ਨਹੀਂ ਸੋ ਖਾਲਸਾ ਜੀ ਦੇਹਧਾਰੀ ਦੰਬ ਦਾ ਹਮਲਾ 78 ਚ ਸ਼ੁਰੂ ਹੋਇਆ ਸੀ ਤੇ 1 ਜੂਨ 2015 ਨੂੰ ਕਿਉਂਕਿ 1 ਜੂਨ 2084 ਨੂੰ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਉਹੋ ਦਿਨ ਚੁਣ ਕੇ 2015 ਦੇ ਵਿੱਚ ਫਿਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰਦੁਆਰੇ ਵਿੱਚੋਂ ਚੋਰੀ ਕਰਕੇ ਇਸ਼ਤਿਹਾਰ ਲਾ ਕੇ ਅੰਗ ਅੰਗ ਖਿਲਾਰੇ ਗਏ ਸੋ ਖਾਲਸਾ ਜੀ ਇਹ ਦੇਹਧਾਰੀ ਗੁਰੂ ਦਾ ਹਮਲਾ ਹੈ ਜਿਹਦੇ ਵਿੱਚ ਸਰਕਾਰ ਦੀ ਸਰਪ੍ਰਸਤੀ ਹੈ ਗਦਾਰਾਂ ਦੀ ਚਾਹੇ ਪੰਥ ਦੋਖੀਆਂ ਦੀ ਉਹਦੇ ਵਿੱਚ ਸ਼ਮੂਲੀਅਤ ਹੈ ਤੇ ਗਰਿਆਈ ਕਿਨੂੰ ਬਖਸ਼ੀ ਸਤਿਗੁਰਾਂ ਨੇ ਗਰਿਆਈ ਬਖਸ਼ੀ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਤੇ ਸਾਡਾ ਅਵੇਸਲਾ ਪਾਣ ਉਹਨਾਂ ਨੂੰ ਮੌਕਾ ਦੇ ਰਿਹਾ ਹੈ ਜੇ ਅਸੀਂ ਗਰਿਆਈ ਦੇ ਗੁਰੂ ਸਿਧਾਂਤ ਨੂੰ ਸਮਝੀਏ ਤਾਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਰਹਿਣਾ ਤਾਂ ਇਹਦੀ ਪਹਿਰੇਦਾਰੀ ਕਰਨੀ ਸਾਡਾ ਫਰਜ਼ ਹੈ ਹਰ ਪਿੰਡ ਦੇ ਵਿੱਚ ਹਰ ਗੁਰਦੁਆਰੇ ਦੇ ਵਿੱਚ ਇਹ ਪੱਕਾ ਕਰੋ ਕਿ ਤਾਬਿਆ ਵੀ ਸਿੰਘ 24 ਘੰਟੇ ਰਹੇ ਤੇ ਪਹਿਰੇਦਾਰੀ ਵੀ 24 ਘੰਟੇ ਕਰੇ ਕਿਸੇ ਦਾ ਹਿੱਆ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਕਰਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਜੇ ਦੂਜੇ ਪਾਸੇ ਜਿਹੜੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ੀ ਨੇ ਉਹਨਾਂ ਨੇ ਇੱਕ ਨਵੀਂ ਸਾਜ਼ਿਸ਼ ਦੁਬਾਰਾ ਆਪਣੇ ਆਪ ਨੂੰ ਪੰਥਕ ਰੁਤਬਾ ਦਵਾਉਣ ਵਾਸਤੇ ਉਹ ਫਿਰ ਅਕਾਲ ਤਖਤ ਸਾਹਿਬ ਦੀ ਕੁਵਰਤੋਂ ਕਰ ਰਹੇ ਹਨ ਤੇ ਜਿਹੜੀ ਸਾਜ਼ਿਸ਼ ਨਾਕਾਮ ਹੋ ਚੁੱਕੀ ਹੈ ਉਹ ਸਾਜ਼ਿਸ਼ ਨੂੰ ਫਿਰ ਉਹਨਾਂ ਨੌਜਵਾਨਾਂ ਦੇ ਸਿਰ ਮਣ ਦਾ ਯਤਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਪਹਿਲਾਂ ਫੜ ਕੇ ਟਾਰਚਰ ਕਰਨ ਤੋਂ ਬਾਅਦ ਮਜਬੂਰ ਹੋ ਕੇ ਗਲਤੀ ਮਹਿਸੂਸ ਕਰਕੇ ਛੱਡਣਾ ਪਿਆ ਤੇ ਸਾਰੀਆਂ ਸਾਜ਼ਿਸ਼ਾਂ ਨੂੰ ਸਮਝੀਏ ਔਰ ਪਹਿਰੇਦਾਰੀ ਵੀ ਗੁਰੂ ਗ੍ਰੰਥ ਸਾਹਿਬ ਦੀ ਕਰੀਏ ਤੇ ਤਾਬਿਆ ਵਿੱਚ ਵੀ ਹਾਜ਼ਰ ਰਹੀਏ ਤੇ ਜਿਹੜੇ ਗੁਰੂ ਕੇ ਨਿੰਦਕ ਹਨ ਉਹਨਾਂ ਦੀ ਸਜ਼ਾ ਕੀ ਹੈ ਇਤਿਹਾਸ ਦੇ ਵਿੱਚ ਲਿਖਿਆ ਹੈ ਗੁਰ ਕੀ ਨਿੰਦਾ ਸੁਣੇ ਨਾ ਕਾਨ ਭੇਟਾ ਕਰੇ ਸੰਗ ਕਿਰਪਾਨ ਇਹ ਨਿੰਦਾ ਦੀ ਸਜ਼ਾ ਹੈ ਨਿੰਦਾ ਦੀ ਜਿਹੜਾ ਗੁਰੂ ਦੀ ਨਿੰਦਾ ਕਰੇ ਤੇ ਜਿਹੜਾ ਬੇਅਦਬੀ ਕਰੇ ਉਹਦੀ ਸਜ਼ਾ ਕੀ ਹੈ ਇਹ ਅੱਗੇ ਤੁਸੀਂ ਆਪ ਸੋਚ ਲਓ ਤੇ ਉਹ ਜੇਲ੍ਹਾਂ ਵਿੱਚ ਜਿਹੜੇ ਬੰਦ ਸਿੰਘ ਨੇ ਉਹਨਾਂ ਨੇ ਵੀ ਆਪਣਾ ਇਹ ਫਰਜ਼ ਸਮਝਦਿਆਂ ਉਹ ਸਜ਼ਾ ਪੂਰੀ ਕਰਤੀ ਜੇ ਕਿਸੇ ਅਦਾਲਤ ਨੇ ਨਿਆਂ ਨਹੀਂ ਦੇਣਾ ਕਿਸੇ ਸਰਕਾਰ ਨੇ ਨਿਆਂ ਨਹੀਂ ਦੇਣਾ ਪਹਿਲੀ ਗੱਲ ਤੇ ਗਰਿਆਈ ਦੇ ਸਿਧਾਂਤ ਨੂੰ ਸਮਝ ਕੇ ਤਾਬਿਆ ਰਹੀਏ ਪਹਿਰੇਦਾਰੀ ਕਰੀਏ ਤੇ ਦੂਜਾ ਖੁਦ ਖਾਲਸਾਈ ਰਵਾਇਤਾਂ ਦੇ ਪਹਿਰੇਦਾਰ ਬਣੀਏ ਤੇ ਖਾਲਸਾਈ ਸਿਧਾਂਤਾਂ ਨੂੰ ਪ੍ਰਵਾਨ ਕਰਦੇ ਹੋਏ ਗੁਰੂ ਮਹਾਰਾਜ ਦੇ ਹੁਕਮਾਂ ਨੂੰ ਮੰਨਦੇ ਹੋਏ ਇਸ ਸੰਸਾਰ ਵਿੱਚ ਜਾਗਦੀ ਜ਼ਮੀਰ ਨਾਲ ਅਣਖ ਅਤੇ ਗੈਰਤ ਨਾਲ ਅਤੇ ਖਾਲਸਾ ਪੰਥ ਦੀ ਵਿਲੱਖਣ ਨਿਆਰੀ ਤੇ ਅਡਰੀ ਹੋਂਦ ਹਸਤੀ ਦਾ ਅਹਿਸਾਸ ਕਰਾਉਂਦਿਆਂ ਵਿਚਰੀਏ ਇਹੀ ਭਾਈ ਗੁਰਜੰਟ ਸਿੰਘ ਜੀ ਨੂੰ ਸ਼ਰਧਾਂਜਲੀ ਹੋਵੇਗੀ ਇਹੀ ਉਹਨਾਂ ਦਾ ਨਿਸ਼ਾਨਾ ਸੀ ਇਹੀ ਉਹਨਾਂ ਮੰਥਨ ਕੀਤਾ ਸੀ ਇਹੀ ਉਹਨਾਂ ਨੀਤੀ ਘੜੀ ਸੀ ਇਹੀ ਪੈਂਤੜਾ ਅਪਣਾਇਆ ਸੀ ਇਸੇ ਲਈ ਜੀਏ ਇਸੇ ਲਈ ਵਿਚਰੇ ਇਸੇ ਲਈ ਸ਼ਹਾਦਤ ਦਾ ਪਰਮ ਪਿਆਲਾ ਪੀਤਾ ਤੇ ਸਾਨੂੰ ਇੱਕ ਮੀਲ ਪੱਥਰ ਗੱਡ ਕੇ ਦੇ ਗਏ ਕਿ ਇਹਨਾਂ ਦੇ ਵਿੱਚ ਚੱਲਣਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਉਹ ਜ਼ਿੰਮੇਵਾਰੀ ਨੂੰ ਪੜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ